ਸਸੀਕਾਲ ਜੀ ਅਕਸਰ ਅਸੀਂ ਦੇਖਦੇ ਆ ਸਾਡੀ ਪੁਰਾਣੀ ਰਵਾਇਤ ਹੈ ਇੱਕ ਉਹ ਰਵਾਇਤ ਬੜੀ ਸੋਹਣੀ ਆ ਸਾਡੇ ਉਸ ਦੁੱਖ ਦੇ ਵਿੱਚ ਵੀ ਜੇ ਕਿਹਾ ਜਾਵੇ ਕੰਮ ਆਉਂਦੀ ਹੈ ਜਿਸ ਸਮੇਂ ਦੇ ਦੌਰਾਨ ਦੇਖਿਆ ਜਾਵੇ ਬੰਦਾ ਬਹੁਤ ਮਜਬੂਰ ਹੋ ਜਾਂਦਾ ਮੈਂ ਉਸ ਦੁੱਖ ਦੀ ਘੜੀ ਦੀ ਗੱਲ ਕਰ ਰਿਹਾ ਕਿ ਜਦੋਂ ਕੋਈ ਪੂਰਾ ਹੋ ਜਾਂਦਾ ਕਿਸੇ ਘਰੇ ਤਾਂ ਉਸ ਸਮੇਂ ਦੇ ਦੌਰਾਨ ਉਹਨਾਂ ਦੇ ਚੁੱਲ੍ਹਾ ਨਹੀਂ ਜਲਦਾ ਹੈਗਾ ਤੇ ਆਮ ਤੌਰ ਤੇ ਅਸੀਂ ਸਾਡੇ ਪਿੰਡਾਂ ਚ ਤੇ ਪੁਰਾਣਾ ਕਲਚਰ ਅਸੀਂ ਦੇਖਿਆ ਕਿ ਸਾਡੇ ਆਂਢੀ ਗੁਆਂਢੀ ਨੇ ਜਿਹੜੇ ਉਹੀ ਚਾਹ ਪਾਣੀ ਰੋਟੀ ਹੈ ਜਿਹੜੀ ਉਹ ਕਰਦੇ ਨੇਗੇ ਪਰ ਇਹ ਸਮੇਂ ਦੇ ਹਿਸਾਬ ਦੇ ਨਾਲ ਹੌਲੀ-ਹੌਲੀ ਚੀਜ਼ਾਂ ਹਾਲਾਂਕਿ ਪੰਜਾਬ ਦੇ ਬਹੁਤੇ ਹਿੱਸੇ ਦੇ ਵਿੱਚ ਤਾਂ ਇਹ ਹਜੇ ਵੀ ਹੈਗਾ ਖੈਰ ਮੈਂ ਇਹ ਗੱਲ ਨਹੀਂ ਕਹੂੰਗਾ ਪਰ ਜੇ ਟਰਾਈ ਸਿਟੀ ਦੀ ਗੱਲ ਜਿਵੇਂ ਚੰਡੀਗੜ੍ਹ ਪੰਚਕੁਲਾ ਮੋਹਾਲੀ ਆਸ-ਪਾਸੇ ਦੇਖਦੇ ਆ ਫਲੈਟਾਂ ਵਾਲੀ ਜਿਹੜੇ ਕਈ ਇਹ ਬਿਲਡਿੰਗਾਂ ਦਾ ਜਿਹੜਾ ਸੱਚ ਹੈ ਜਾਂ ਆਮ ਘਰਾਂ ਦੇ ਵਿੱਚ ਵੀ ਦੇਖਿਆ ਜਾਵੇ ਔਰ ਕੋਈ ਪਾਣੀ ਪੁੱਛਣ ਨਹੀਂ ਆਉਂਦਾ ਹੈਗਾ ਕਿਸੇ ਦੇ ਘਰੋਂ ਕੋਈ ਬੰਦਾ ਚੱਲ ਜੇ ਹਰੇਕ ਬੰਦੇ ਨੂੰ ਆਪਣੀ ਡਿਊਟੀ ਦਾ ਪਿਆ ਹੁੰਦਾ ਖੈਰ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਮਜਬੂਰੀ ਵੀ ਪਰ ਦੂਜੇ ਪਾਸੇ ਇਹ ਹੈ ਵੀ ਔਰੇ ਮਤਲਬੀ ਸਿਸਟਮ ਬਹੁਤ ਹੈਗਾ ਇਹ ਸਾਰੀਆਂ ਮੈਂ ਚੀਜ਼ਾਂ ਇਸ ਕਰਕੇ ਭੂਮਿਕਾ ਬਣੀ ਹੈ ਕਿਉਂਕਿ ਚੰਡੀਗੜ੍ਹ ਦੀ ਇੱਕ ਸੰਸਥਾ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੀ ਸ਼ੁਰੂਆਤ ਕੀਤੀ ਗਈ ਹੈ ਪਹਿਲਾਂ ਤੋਂ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹ ਸਾਡੇ ਕਲਚਰ ਨੂੰ ਵੀ ਬਚਾਊਗੀ ਸਾਡੇ ਗੁਰੂ ਸਹਿਬਾਨਾਂ ਦੀ ਜਿਹੜਾ ਮੈਸੇਜ ਹੈ ਉਹਨੂੰ ਵੀ ਅੱਗੇ ਵਧਾਊਗਾ ਇਹ ਦੇ ਵਿੱਚ ਸ਼ੁਰੂਆਤ ਇਹਨਾਂ ਨੇ ਕਰੀ ਹੈ ਕਿ ਜਿਸ ਜੇ ਵੀ ਜਿਹਦੇ ਵੀ ਘਰੇ ਕਿਸੇ ਦੇ ਗਮੀ ਦੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਕਿਸੇ ਦਾ ਕੋਈ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਘਰੇ ਰੋਟੀ ਪਹੁੰਚੋਂ ਪਹੁੰਚਾਉਣ ਤੋਂ ਲੈ ਕੇ ਹਾਲਾਂਕਿ ਜਦੋਂ ਮੇਰੀ ਇਹਦੇ ਵਿੱਚ ਮੀਡੀਆ ਰਿਪੋਰਟਸ 'ਚ ਨਹੀਂ ਲਿਖਿਆ ਹੋਇਆ ਕਿਸੇ ਕਿਸੇ 'ਚ ਪਰ ਮੇਰੀ ਜਦੋਂ ਇਹਨਾਂ ਦੇ ਨਾਲ ਗੱਲ ਹੋਈ ਸੀ ਹਰਜੀਤ ਸਬਰਵਾਲ ਸਾਹਿਬ ਨੇ ਕਿ ਅੱਖਾਂ ਦਾ ਲੰਗਰ ਵੀ ਲਾਉਂਦੇ ਨੇ ਇਹ ਚਲਾਉਂਦੇ ਨੇਗੇ ਚੰਡੀਗੜ੍ਹ ਦੇ ਵਿੱਚ ਤੇ ਕਈ ਇਹਨਾਂ ਦੀਆਂ ਜਿਵੇਂ 13 13 ਦਵਾਈਆਂ ਦੀ ਦੁਕਾਨ ਵੀ ਆਏਗੀ ਇਹਨਾਂ ਨੇ ਚਲਾਈ ਹੋਈ ਬਿਨਾ ਪ੍ਰੋਫਿਟ ਤੋਂ ਬਹੁਤ ਸ ਤੌਰ ਤੇ ਚੀਜ਼ਾਂ ਜਿਹੜੀਆਂ ਨੇ ਕਿ ਉੱਥੇ ਸੇਲ ਹੁੰਦੀਆਂ ਨੇ ਗਿਆ ਤੇ ਇਹਨਾਂ ਨਾਲ ਜੇ ਮੇਰੀ ਗੱਲ ਹੋਈ ਉਹ ਕਹਿੰਦੇ ਜੇਕਰ ਕਿਸੇ ਦਾ ਸੰਸਕਾਰ ਦੇ ਵਾਸਤੇ ਵੀ ਜਿਹੜਾ ਕੋਈ ਸਮਗਰੀ ਨਹੀਂ ਉਹ ਵੀ ਅਸੀਂ ਦਵਾਂਗੇ ਭੋਗ ਦੇ ਵਿੱਚ ਵੀ ਜੇਕਰ ਕਹਿੰਦੇ ਕੋਈ ਬੰਦਾ ਨਹੀਂ ਕਰ ਪਾਊਗਾ ਤਾਂ ਭੋਗ ਦੇ ਵਿੱਚ ਵੀ ਲੰਗਰ ਸਾਡਾ ਹੋਊਗਾ ਦੇਖੋ ਤੁਸੀਂ ਇਹਨਾਂ ਦੀ ਇਹ ਵੀ ਉਹ ਸੱਜਣ ਨੇ ਜਿਹੜੇ ਲੋਕਾਂ ਬਾਰੇ ਸੋਚਦੇ ਨੇਗੇ ਸੱਬਰਵਾਲ ਹਰਜੀ ਸੱਬਰਵਾਲ ਨੇਗੇ ਇਹ ਤਕਰੀਬਨ ਚੰਡੀਗੜ੍ਹ ਦੇ ਲੋਕ ਜਾਣਦੇ ਨੇਗੇ ਇਹਨਾਂ ਨੇ ਇਹਦੇ ਵਿੱਚ ਲਿਖਿਆ ਕਹਿੰਦੇ ਜਦੋਂ ਨਹੀਂ ਹੋਊਗਾ ਤਾਂ ਇਹ ਕਲਚਰ ਖਤਮ ਹੋ ਗਿਆ ਸੀਗਾ ਤੇ ਇਹਨਾਂ ਨੂੰ ਦਿੱਕਤ ਆ ਰਹੀ ਸੀ ਆਰਥਿਕ ਗਰੁੱਪ ਦੇ ਵਿੱਚ ਕਮਜ਼ੋਰ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਗ ਇਦੇ ਵਿੱਚ ਦੇਖੋ ਤੁਸੀਂ ਇਹ ਹੈ ਵੀ ਸੰਸਥਾ ਦੇ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹਦੇ ਵਿੱਚ ਕਿਸੇ ਦਾ ਇਹ ਨਹੀਂ ਹੈਗਾ ਕੋਈ ਮਰਜ਼ੀ ਧਰਮ ਦਾ ਹੋਵੇ Hindu Muslim Sikh Isai ਜਿਹੜਾ ਮਰਜ਼ੀ ਕੋਈ ਹੈ ਉਹਦੇ ਵਾਸਤੇ ਇਹ ਸਾਰਿਆਂ ਵਾਸਤੇ ਜਿਹੜੀ ਇਹਨਾਂ ਨੇ ਫੈਸਿਲਿਟੀ ਰੱਖੀ ਹੈ ਤੇ ਇਸੇ ਚੀਜ਼ ਨੂੰ ਲੈ ਕੇ ਜੇ ਗੱਲ ਕੀਤਾ ਜਾਵੇ ਤਾਂ ਇਹਨਾਂ ਦੇ ਜਿਹੜੀ ਸੰਸਥਾ ਹੈਗੀ ਇਹ 13 ਹੀ 13 13 ਹੀ 13 ਮਿਸ਼ਨ ਇਹਦੇ ਵੱਲੋਂ ਇਹਦੀ ਸ਼ੁਰੂਆਤ ਹੈ ਜਿਹੜੀ ਇਹ ਕੀਤੀ ਗਈ ਹੈ ਆ ਗੁਰਦੁਆਰਾ ਸਾਹਿਬ ਟ੍ਰਿਬਿਊਨ ਚੌਂਕ ਦੇ ਨੇੜੇ ਆ ਉੱਥੇ ਇਹ ਲੰਗਰ ਤਿਆਰ ਹੁੰਦਾ ਬਖੂਦੀ ਤੌਰ ਤੇ ਮੈਨੇ ਆ ਤਸਵੀਰਾਂ ਲੈਣ ਦੀ ਕੋਸ਼ਿਸ਼ ਕੀਤੀ ਉੱਥੇ ਰੋਟੀਆਂ ਬਣਾਉਣ ਵਾਲੀ ਮਸ਼ੀਨ ਲੱਗੀ ਹੋਈ ਹੈ ਬਹੁਤ ਸਾਫ ਸੁਥਰੇ ਤੇ ਚੰਗੇ ਮਟੀਰੀਅਲ ਦੇ ਨਾਲ ਜੇ ਕਿਹਾ ਜਾਵੇ ਲੰਗਰ ਹੈ ਜਿਹੜਾ ਉੱਥੇ ਤਿਆਰ ਕੀਤਾ ਜਾਂਦਾ ਚਾਹੇ ਸਬਜ਼ੀਆਂ ਨੇ ਚਾਹੇ ਉੱਥੇ ਪ੍ਰਸ਼ਾਦੇ ਤਿਆਰ ਹੁੰਦੇ ਨੇਗੇ ਬਹੁਤ ਇੱਕ ਚੰਗੀ ਕੁਆਲਿਟੀ ਉਹਦੀ ਰੱਖੀ ਗਈ ਹੈ ਬਕਾਇਦਾ ਤੌਰ ਤੇ ਇੱਕ ਮੀਨੂ ਬਣਾਇਆ ਗਿਆ ਕਿ ਪੂਰਾ ਹਫਤਾ ਦਾਲ ਤੇ ਸਬਜ਼ੀ ਜਿਹੜੀ ਤੇ ਪ੍ਰਸ਼ਾਦੇ ਉਹ ਹੋਣਗੇ ਜੇਕਰ ਕਿਸੇ ਦੇ ਜੇ ਕਿ ਜਬੇ ਭੋਗ ਦੇ ਸਮੇਂ ਦੇ ਦੌਰਾਨ ਤਾਂ ਉਹ ਵੀ ਐਨ ਗਰਮਾ ਗਰਮ ਹੋਟ ਕੇਸਾਂ ਦੇ ਵਿੱਚ ਚੀਜ਼ ਤਿਆਰ ਹੋ ਗਈ ਹੁਣ ਮੈਂ ਦੋ ਨੰਬਰ ਦੇ ਰਿਹਾ ਤੇ ਹੋ ਸਕੇ ਤਾਂ ਮੇਰੇ ਵੀਰੇ ਇਹਨੂੰ ਸਾਂਝੀ ਕਰ ਦਿਓ ਵੀਡੀਓ ਨੂੰ ਤਾਂ ਕਿ ਜਿਹੜੇ ਕੋਈ ਜ਼ਰੂਰਤਮੰਦ ਹੈ ਤੇ ਜਿਹੜਾ ਕੋਈ ਜ਼ਰੂਰਤਮੰਦ ਨਹੀਂ ਵੀ ਹੈਗਾ ਕਿਉਂਕਿ ਅੱਜ ਕੱਲ ਔਰੇ ਤੁਹਾਨੂੰ ਮੈਂ ਦੱਸਦਾ ਕਿ ਕਈਆਂ ਦੇ ਘਰੇ ਬਹੁਤੇ ਲੋਕ ਨਹੀਂ ਹੈਗੇ ਉਹਨਾਂ ਕੋਲ ਜਾਣ ਵਾਲਾ ਕੋਈ ਨਹੀਂ ਲੋਕ ਰੈਸਟੋਰੈਂਟਾਂ ਦੇ ਉਹ ਟਾਬਿਆਂ ਤੇ ਲੁੱਟਦੇ ਨੇਗੇ ਫਿਰ ਲੁੱਟੇ ਜਾਂਦੇ ਨੇਗੇ ਜਦੋਂ ਇਹ ਜੀ ਸਾਦੀ ਰੋਟੀ ਵਾਸਤੇ ਜਾਣਾ ਪੈਂਦਾ ਇਹ ਹੋਰ ਮੈਂ ਕੀ ਰੋਹ ਦੇ ਤੁਹਾਨੂੰ ਮੈਂ ਦੱਸਾਂ ਇਹ ਚਲ ਮੈਂ ਕਿਸੇ ਦਿਨ ਹੋਰ ਗੱਲ ਕਰੂੰਗਾ ਇਹ ਦੋ ਨੰਬਰ ਮੈਂ ਲਿਖਣ ਲੱਗਿਆ ਤੇ ਲਿਖਣ ਵੀ ਲੱਗਿਆ ਦੱਸਣ ਵੀ ਲੱਗਿਆ ਤੇ ਦੋ ਨੰਬਰ ਜ਼ਰੂਰ ਸਾਂਝੇ 9814514639 98145 14639 ਦੂਜਾ ਨੰਬਰ ਹੈ ਜੀ 9815015081 9815015081 ਇਹਨਾਂ ਤੇ ਜਿਹੜੀ ਮਦਦ ਹੈ ਸੰਪਰਕ ਕਰਕੇ ਲੈਤੀ ਜਾ ਸਕਦੀ ਹੈ ਤੇ ਸਾਡਾ ਜਿੱਥੇ ਕਲਚਰ ਵੀ ਇਹਦੇ ਨਾਲ ਅੱਗੇ ਜਿਕੇ ਸਾਡੀ ਪੁਰਾਣੀ ਸਾਂਝ ਭਾਈਚਾਰਕ ਹੈ ਉਹ ਵੀ ਵਧੂਗੀ ਦੂਜੇ ਪਾਸੇ ਜਿਕੇ ਇਹ ਕਿ ਗੁਰੂ ਸਾਹਿਬਾਨਾਂ ਦਾ ਜਿਹੜਾ ਦਿੱਤਾ ਮੈਸੇਜ ਹੈ ਉਹ ਵੀ ਅੱਗੇ ਅਸੀਂ ਦਿੰਦੇ ਹੋਏ ਨਜ਼ਰ ਆਵਾਂਗੇ